الرحمن الرحیم الحمد للہ رب العالمین الرحمن الرحیم مالک یوم الدین ایاک نعبد و ایاک نستعین اهدنا الصراط المستقیم صراط الذین انعمت علیہم غیر المغضوب علیہم ولا الضالین بسم اللہ الرحمن الرحیم قل هو الله احد اللہ الصمد لم یلد ولم یولد ولم یکن له کفوا احد بسم اللہ الرحمن الرحیم صلی علی محمد آل محمد وعجل فرج آل محمد باواز بلند صلوات دعائے وارث کائنات تورا ٹورا قبول فرماوے بانیان سادات عزام دا پر خلوص ہے تمام بارہ شہن شاہ اپنی بارگاہ وچ قبول فرماوے جو مومن مومنات بیمار ان مالک شفا دے وے مرحومین دے اللہ پاک درجات بلند فرماوے بالخصوص بانیان دے جملہ مرحومین دے ذکر حسین دے صدقے میرا اللہ درجات بلند کرے بادشاہ دا ظہور ہوئے بی بی دا گھر وسے تواریاں ساریاں اکھاں ریکھن عاشق حسین کو مالک شفا کاملہ آجلا عطا فرماوے صلوات پڑھو بابا میں ذکر پاک شروع کراں میں سوزیاں والا میں کی بابا یہ بنا رہے جلدی کر تکلیف کرو صلوات پڑھو اللہ علیہ قرآن صاحب انسان سونا کر کے تھی بس مہربانی بابا ولائی تکلیف کرو صلوات پڑھو بابا عظیم عبادت صلوات اچھی آواز نال پڑھو تھوڑا دیو وطی موتر کرو زبان کو نال صلوات دے اعوذ باللہ السمیع العلیم من الشیطان اللعین الرجیم بسم اللہ الرحمن الرحیم صلوات الحمد للہ رب العالمین الصلاۃ والسلام علی اشرف الانبیاء والمرسلین صلوات والا اخیہی و وزیرہی و خلیفتہی و ابن امہی امیر المومنین صلوات تھوڑا دیا میک بدھا بھائی والا سیدت الجلیلت المخدومت مقدسات طاہرت المطہرہ عالمت العاملہ صدیقت الکبریٰ المدفونت سرن جدا دفن ہوئی ڈھلی ہوئی رات آئی والمغضوبت جہرن جدا لٹی چٹا دی آئی سیدت النساء العالمین اکھاں بند کر کے صلوات چاہ علم نشان مدینے وچ تے بشیر کی تے اعلان
ਕਰੋ ਬੰਦ ਬਾਜ਼ਾਰ ਮਦੀਨੇ ਦੇ ਆਈ ਬੈਠੀਏ ਬਿਲ ਅੱਲਾ ਭਾਏ ਵਸਤੇ ਰਹੋ ਭਾਈ ਕਰੋ ਬੰਦ ਬਾਜ਼ਾਰ ਮਦੀਨਾ ਦੇ ਆਈ ਬੈਠੀਏ ਬਿਲ ਚਾ ਅਲਮ ਨਿਸ਼ਾਨ ਮਦੀਨੇ ਵਿੱਚ ਤੇ ਬਸ਼ੀਰ ਕੀਤਾ ਐਲਾਨੇ ਕਰੋ ਬੰਦ ਬਾਜ਼ਾਰ ਮਦੀਨਾ ਦੇ ਆਈ ਬੈਠੀਏ ਬਿਨ ਅੱਲਾ ਭਾਏ ਵਸਤੇ ਰਹੋ ਭਾਈ ਬਸ਼ੀਰਾਂ ਦੇ ਅੱਗੇ ਰੁੱਲੀ ਐ ਛਤਰੀ ਸ਼ਹਿਰਾਂ ਵਿੱਚ ਤੁਹਾਡੀ ਚੰਦ ਦੀ ਮਿਲਣ ਆਪਣੀ ਭਤਰੀ ਜੀ ਕੁਈ ਦਾ ਅਸਲੀ ਵਤਨ ਤਾ ਆਈਏ ਮਿਲਣ ਆਪਣੀ ਭਤਰੀ ਜੀ ਕੁਈ ਦਾ ਅਸਲੀ ਵਤਨ ਤਾ ਚਾ ਅਲਮ ਨਿਸ਼ਾਨ ਮਦੀਨੇ ਵਿੱਚ ਤੇ ਬਸ਼ੀਰ ਕੀਤਾ ਐਲਾਨੇ ਕਰੋ ਬੰਦ ਬਾਜ਼ਾਰ ਮਦੀਨਾ ਦੇ ਆਈ ਬੈਠੀਏ ਬਿਲ ਥੋੜਾ ਆਵਾਜ਼ ਖੋਲ ਭਾਈ ਬਾਬਾ ਭਾਈ ਆਵਾਜ਼ ਖੋਲ ਥੋੜਾ ਮਿਲਣ ਆਪਣੀ ਭਤਰੀ ਜੀ ਕੁਈ ਦਾ ਅਸਲੀ ਵਤਨ ਦਾ ਰੁਲੀਏ ਛਤਰੀ ਸ਼ਹਿਰਾਂ ਵਿੱਚ ਤੁਹਾਡੀ ਚੰਦ ਨਹਿੰਦੀ ਮਹਿਮਾਨ ਆਈਏ ਮਿਲਣ ਆਪਣੀ ਭਤਰੀ ਜੀ ਕੋਂ ਅਸਲੀ ਵਤਨ ਦਸ਼ਾ ਹੁਸੈਨ ਦੇ ਅਦਾਦਾਰ ਹੋਵੀ ਮੁਬਾਰਕ ਫਾਤਮਾ ਦੁਖੀਆ ਸਾਡ ਆਖੀਆ ਇੱਕ ਹਮਸਾਈ ਤੇਰੇ ਸ਼ਾਇਰ ਦੇ ਬਾਹਰੋਂ ਜਾਣ ਅਖਬਰ ਦੀ ਘਿਣ ਆਈਏ ਸੈਨ ਦੀ ਸਿੱਖ ਦੀ ਵਧੀਏ ਅਖਬਾਰ ਸਹਿਰਾ ਤੂੰ ਮੋਡ ਖਲਾਵੀ ਖੇਡੇ ਸੇ ਜਦਾ ਮਿਲਸੀਆ ਭਰ ਜਾ ਕਿਆ ਬਾਤ ਹੈ ਭਾਈ ਕਿਆ ਬਾਤ ਹੈ
ਵਰਸੇ ਸਿਹਰਾ ਪਾਈ ਤੁਮੂਨ ਖਲਾਵੀ ਕਿਆ ਲੋਕ ਸਮਝਦੇ ਹਨ ਗਰੀਬ ਥੀ ਗਈ ਹੈ ਮੂਨ ਖਲਾਵੀ ਗੇਡੇ ਸੇ ਜਦ ਮਿਲਸੀਆ ਇੱਕ ਬੰਦ ਮੈਂ ਬਜ਼ੁਰਗਾਂ ਦਾ ਵਿਆਹ ਯਾਦ ਆ ਗਿਆ ਪੜ੍ਹਦੇ ਹੋ ਬਾਬਾ ਬਈਆ ਦੀ ਉੱਠੀ ਮਲਕਾ ਸੋਗ ਦੀ ਨਗਰੀ ਦੀ ਕਰ ਗੈਣੀ ਹਿਜਰ ਜ਼ਵਾਲੇ ਤੇਰੇ ਸਜਣਾਏ ਵਾਲ ਵਤਨਾ ਤੇਰੇ ਛੋੜ ਫਕੀਰੀ ਕੱਪੜੇ ਕਾਲੇ ਉੱਠੀ ਸੇਜ ਬਣਾ ਐਲੀ ਅਕਬਰ ਦੀ ਮਤਾ ਹੋਵੇ ਬਨਰੀ ਨਾ ਸੇਜ ਬਣਾਈ ਅਕਬਰ ਦੀ ਮਤ ਹੋਵੇ ਬਨਰੀ ਅੱਜ ਬਾਬਾ ਅੱਠ ਰਬੀ ਉਲ ਵਾਲੇ ਦੋ ਸਾਲਾਂ ਦੇ ਬਾਅਦ ਅਲੀ ਦੀ ਧੀ ਵਤਨ ਤੇ ਵੱਲ ਆਈ ਮੈਂ ਆਖਿਆ ਵਤਨ ਵੱਲ ਆਈ ਤੁਸੀਂ ਚੁੱਪ ਕਰ ਗਏ ਬਾਸਠ ਹਿਜਰੀ ਅੱਠ ਰਬੀ ਉਲ ਵੱਲ ਬਾਬਾ ਦੇਵੇ ਹਨ ਜੁੰਮੇ ਦੇ ਖੁਤਬੇ ਪੜ੍ਹੀਂਦੇ ਪਏ ਹੈਂ ਜਿਹਨਾਂ ਦੇ ਮਦੀਨੇ ਦੇ ਬਹਿਰ ਮੇਰੀ ਸੈਣ ਦਾ ਕਾਫਲਾ ਆਇਆ ਬਿਸਮਿਲ੍ਲਾ ਕਰ ਨੁਕਸਾਨ ਗਿਣਾਈ ਵਜਾ 120 ਚੋਂ 12 84 ਬੱਚਾਂ ਚੋਂ 9 ਸ਼ਾਗਰਦੇਸ ਦੁਕਾਨ ਦੇਵਣ ਵਾਲੇ ਲੋਕ ਆਓ ਕਤਾਰ ਭੇਰਾਵਾਂ ਦੀ ਗਿਣ ਗਈ ਗੱਲੀ ਵੱਲ ਹੈ ਵਾਹ 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 ਮੈਂ ਬਲਾ ਗੁਜ਼ਾਰਿਸ਼ ਕਰਾਂ ਨਾ ਸੈਦ 120 ਚੋਂ 12 ਮਖਦੂਮ ਸਾਹਿਬ 84 ਬੱਚਾਂ ਚੋਂ 9 ਕਤਾਰ ਭੇਰਾਵਾਂ ਦੀ ਗਿਣ ਗਈ ਕੱਲੀ ਵੱਲ ਅੱਠ ਰਬੀ ਉਲ ਅਵਲ ਜੁੰਮੇ ਦੇ ਖੁਤਬੇ ਪੜ੍ਹੀਂਦੇ ਪਏ ਹਨ ਬੰਦੇ ਬੈਠੇ ਹੋ ਸਨ ਜਿਹੜੇ ਮੇਰੀ ਤਾਈਦ ਕਰਸਨ ਇਵੇਂ ਮਦੀਨਾ ਹੈ ਇੱਥਾਂ ਹੀ ਮੇਰੀ ਸੈਣ ਦਾ ਕਾਫਲਾ ਪਹੁੰਚ ਗਿਆ ਮੋਹਰੀ ਮਾਮਾ ਵਿੱਚ ਹੱਕ ਲਈ ਮਹਾਰੀ ਜੀ ਅੰਮਾ ਚੰਨ ਬਟੜਾ ਮੈਂ ਕੋ ਹਸਨ ਦੇ ਖੂਨ ਦੀ ਖੁਸ਼ਬੋ ਪਈ ਆਉਂਦੀ ਹੈ ਅਸਾਂ ਕਿੱਥਾਂ ਪਹੁੰਚਣਾ ਹੈ ਸਜਾਦ ਮਾਓ ਦੇ ਪਾਸੇ ਦੇਖ ਕਦਮ ਹੈ ਸਾਹਮਣੇ ਮਦੀਨਾ ਨਜ਼ਰ ਪਈ ਆਉਂਦਾ ਤੁਸਾਂ ਨਹੀਂ ਸੁਝਾਤਾ ਬੀਬੀ ਆਦੀ ਇੱਕ ਦਫ਼ਾ ਵੱਧ ਪੁੱਛ ਅਮੈ ਸਾਹਮਣੇ ਮਦੀਨਾ ਹੈ ਤੁਸਾਂ ਨਹੀਂ ਸੁਝਾਤਾ ਬੀਬੀ ਆਦੀ ਵੱਧ ਪੁੱਛ ਅਮੈ ਸਾਹਮਣੇ ਮਦੀਨਾ ਪਿਆ ਦਿਸਦਾ ਤੁਸਾਂ ਨਹੀਂ ਸੁਝਾਤਾ ਮੇਰੀ ਸ਼ੈਣ ਦਾ ਮੱਥਾ ਮਾਮਲ ਪਿਆ ਲੱਗਾ ਰੋ ਕੇ ਆਦੀ ਜ਼ਿੰਦਗੀ ਹੋਈ ਮੈਂ ਕਦਾਂ ਮਦੀਨਾ ਡਿੱਠਾ ਆਈ
ਮੈਂ ਦੱਲਾਂ ਉਹਨੇ ਦੀ ਖਬਰ ਤੇ ਢੱਲੀ ਰਾਤ ਕੋ ਵਹਿੰਦੀਆਂ ਮੈਂ ਬਿਸਮਿਲ੍ਲਾ ਯਾਰ ਇਹਦੇ ਸੋਹਣੇ ਰੋ ਪਏ ਲੱਖ ਦਫਾ ਬਾਬਾ ਮੈਂ ਵਰਤਾਂ ਅਮਾਏ ਸਾਹਮਣੇ ਮਦੀਨਾ ਇਹੋ ਜਾ ਹੈ ਜਿੱਥੇ ਵਹਿੰਦੀ ਵਾਰ ਤੁਸਾਂ ਕਯਾਮ ਫਰਮਾਇਆ ਬੀਬੀ ਆਦੀ ਸ਼ਾਲਾ ਬਾਗਰ ਦੇ ਲੱਖ ਥੀ ਨਹੀਂ ਟੁਰ ਗਏ ਸੱਜਣਾ ਦੀਆਂ ਨਿਸ਼ਾਨੀਆਂ ਚੰਗੀਆਂ ਲੱਗਦੀਆਂ ਬੀਬੀ ਆਦੀ ਨਿਸ਼ਾਨੀਆਂ ਤਾਂ ਲੁੱਟ ਖਿਦੀਆਂ ਨੇ ਇੱਥੇ ਹੀ ਉੱਠ ਬਲਹਾ ਖੈਮੇ ਲਾ ਮੈਂ ਉਹ ਜਾਹੜੇ ਧੀਆਂ ਜਿੱਥਾਂ ਅਕਬਰ ਅਜ਼ਾਨ ਆਖਿਆ ਖੁੱਪੀ ਪਾਕ ਦਾ ਹੁਕਮ ਆਈ ਬਾਬਾ ਉੱਠ ਬਲਹੈਨਸ ਖੇਮੇ ਲੈਨਸ ਮੈਂ ਆਖੇ ਖੇਮੇ ਲੈ ਗਏ ਨਸ ਅਰਸ਼ਦ ਬੰਦੇ ਚੁੱਪ ਕਰ ਗਏ ਇਹ ਕੋਈ ਅੱਜ ਤੂੰ ਆਜ਼ਾਦਾਰੀ ਇੱਥੇ ਨਹੀਂ ਥੀਵਣ ਲੱਗੀ ਬੜੀ ਪੁਰਾਣੀ ਆਜ਼ਾਦਾਰੀ ਹੈ ਬਾਦਸ਼ਾਹ ਦੇ ਦਰਬਾਰ ਦੀ ਤੁਸਾਂ ਮੇਰੇ ਕੋਲ ਪੁੱਛੋ ਖੇਮੇ ਲੱਗੇ ਕਿਤਨੇ ਬਾਬਾ ਖੇਮਾ ਇੱਕ ਲੱਗੇ ਸੈਦਾਂ ਪਰਦਾਦਾਰ ਵੱਲੇ ਆਉਂਦੀਆਂ ਨੇ ਬਾਰਾਂ ਆਧੇ ਵੇ ਹਨ ਯਾਰਾਂ ਛਾਂ ਤੇ ਬਹਿ ਗਏ ਇੱਕ ਧੁੱਪ ਤੇ ਵੰਜ ਬਹਿ ਵਾਹ 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 ਮੈਂ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਮੈਂ ਤਾਂ ਕੋਈ ਦੱਸੀ ਨਾ ਮੈਨਾਂ ਖਾਨ ਸਾਹਿਬ ਧੁੱਪ ਤੇ ਬਾਂਧੀ ਕਿਉਂ ਬਾਈ ਜੈਲੇ ਬਚੜਾ ਆਇਆ ਸੀ ਨਾ ਕੁਹੀਜ ਕੇ ਹੱਥਾਂ ਤੇ ਚਾਹ ਕੇ ਦੀ ਅਸਗਰ ਤੇਰਾ ਇਹੋ ਜੁਰਮ ਹੈ ਪਾਣੀ ਮੰਗਈ ਬੀਆ ਦਮਾ ਕੁਝ ਨਹੀਂ ਫਰਦੀ ਜੇ ਤਈ ਜੀਸਾ ਠੰਡਾ ਪਾਣੀ ਨਾ ਪੀਸਾ ਹੁਣ ਕਿਬਲਾ ਮੌਲੀ ਸਾਹਿਬ ਪੜਦੇ ਪਏ ਹਨ ਬਾਬਾ ਫੇਰਾ ਦੀ ਲਾਸ਼ ਤੇ ਆਈ ਬਾਬਾ ਸ਼ਾਹ ਲਾਸ਼ ਆਈ ਨੌ ਜਹੀ ਤੇ ਵੱਤ ਹਈ ਥੁੱਪ ਤੇ ਅਸਗਰ ਦੀ ਮਾਂ ਸ਼ਹੀਦ ਆਜ਼ਮ ਦੀ ਲਾਸ਼ ਦੇ ਪਾਸੇ ਦੇਖ ਕੇ ਠੱਡਾ ਸਾਹ ਭਰ ਕੇ ਦੀ ਪੀਓ ਅਕਬਰ ਦਾ ਹੱਕ ਆਈ ਤੇ ਕੋ ਗੁਸਲ ਲਿਵਾਵਾਂ ਕਫਨ ਪਵਾਵਾਂ ਹਾ ਤੂੰ ਇਮਾਮ ਏ ਜਾਣਦਾ ਹੈ ਮੈਂ ਅਸਗਰ ਦੇ ਕਾਤਲਾਂ ਦੀ ਕਹਿ ਦੇਣਾ ਬੀਆ ਤਾਂ ਖਨੀਸ ਕੁਝ ਨਹੀਂ ਵੀ ਫਰਦੀ ਜੇ ਤਈ ਜੀਸਾਂ ਵਸ ਲੱਗਦੇ ਛਾਂ ਤੇ ਲਬਾਸ ਮਹਾਰੀ ਜੀ ਅੰਮਾ ਅੱਜ ਲੜੀ ਵਾਸਤੇ ਮੈਂ ਬਸ਼ੀਰ ਕੋ ਘਿਨ ਨਹੀਂ ਇਹਦਾ ਪਿਓ ਸ਼ਾਇਰ ਆਈ ਉਹ ਲਿਖਦਾ ਹੀ ਸਾਰੇ ਫਜ਼ਾਇਲ ਇੱਕ ਵਾਰ ਸ਼ਾਇਰ ਦਾ ਪੁੱਤਰ ਤੂੰ ਲਿਖ ਮਸਾਇਬ ਉਹ ਲਿਖਦਾ ਹੀ ਸ਼ਾਨ ਤੂੰ ਲਿਖ ਅਰਮਾਨ ਹਿਕ ਮਰਸੀਆ ਮੇਰੀ ਗੁਰਬਤ ਦਾ ਲਿਖੇ ਚਾਹ ਮਦੀਨੇ ਦੇ ਚੌਕ ਚ ਮਰਸੀਆ ਪੜਸੀ ਹਰ ਕੈਂ ਕੋ ਪਤਾ ਲੱਗ ਵੇ ਸੀ ਜੋ ਵੱਲ ਆਈ ਬਸ਼ੀਰ ਜੀ ਬਾਦਸ਼ਾਹ ਫੁੱਫੀ ਪਾਕ ਦਾ ਹੀ ਉਹ ਫਰਮਾਨ ਹੈ ਮਦੀਨੇ ਸਾਡੇ ਅਮਲ ਦੀ ਤਲਾਬ ਕਰ ਭਾਈ ਜੀ ਆਦੇ ਵੇਹਨ ਬਸ਼ੀਰ ਡੋਹਿਆ ਕਦਮਾ ਤਲਾਬ ਕਿਆ ਦੇ ਕਾਇਨਾਤ ਦੀ ਹੁਜਤ ਹੈ ਅੱਜ ਤਾਂ ਦੁਆ ਮੰਗ ਬਸ਼ੀਰ ਮਰ ਵੰਨੇ ਸ਼ਹੀਦ ਦੇ ਮੌਤ ਕਿਉਂ ਮੰਗਦੇ ਆ ਦੇ ਕੇ ਵਾਂਡਾ ਖਾ ਅਕਬਰ ਗੁਹਾ ਕੇ ਵੱਲ ਆਈ ਸ਼ਹੀਦ ਦੇ ਅਕਬਰ ਦੀ ਮੌਤ ਨਹੀਂ ਲੁਕਦੀ ਵੱਜ ਦੱਸ ਬਾਬਾ ਮੌਤ ਦਾ ਸਦਲਾ ਬਦਸ ਅਮਾਮਾ ਗੱਲ ਜ਼ੁਲਫ ਪਰੇਸ਼ਾਨ ਸਦਕੇ ਥੀ ਵਾਂ ਕਾਲਾ ਆਲਮ ਹੱਥੇ ਟੁੱਟਦਾ ਮਦੀਨੇ ਦੋਏ ਡਿਹਦਾ ਕਰ ਬਲਾ ਦੋ ਆਪਣੇ ਆਪ ਗਵਾਧਾ ਵੈਂਦਾ ਜਮਾ ਨਾ ਹੋਇਆ ਤਾਂ ਬਿਹਤਰ ਆਈ ਤੂੰ ਵੰਨ ਅਕਸੇ ਭੇਣ ਹੁਸੈਨ ਵੀ ਹੁਸੈਨ ਗੁਹਾ ਕੇ ਵੱਲ ਆਈ ਮੈਂ ਬਿਸਮਿਲ੍ਲਾ ਕਰਾਂ ਬਾਈ ਮਦੀਨੇ ਦੀਆਂ ਦੀਵਾਰਾਂ ਦੇ ਕਰੀਬ ਪਹੁੰਚੇ ਭਾਈ ਜੀ ਜਿੱਥੇ ਸਿੱਖ ਸ਼ਾਹਜ਼ਾਦੇ ਨੌ ਡਾ ਸਾਲ ਜਿਹਦੀ ਉਮਰ ਲਿਖੀ ਨੇ ਬਾਬਾ ਚਿਹਰੇ ਤੇ ਜਨਾਬ ਅਬਾਸ ਹਲ ਰੋਬ ਚਲਾਲ ਨੋਏ ਹੱਥ ਸਰ ਤੇ ਰੱਖੀ ਖੜੇ ਜਿਵੇਂ ਯਤੀਮ ਰੱਖਦੇ ਨੇ ਰਾਹ ਵਾਲੇ ਪਾਸੇ ਦੇ ਦੇ ਬਾਬਾ ਵਹਿੰਦਾ ਹੋਇਆ ਬਸ਼ੀਰ ਹੱਡਾ ਸ਼ਾਹਜ਼ਾਦਾ ਸਲਾਮ
ਸਰ ਚਾਕਦਾ ਚਾਚਾ ਮੇਰੇ ਲੱਖ ਸਲਾਮ ਵੱਧ ਤੂੰ ਨਾ ਹੀ ਡਿੱਠਸ ਬਸ਼ੀਰ ਅੱਖਾਂ ਵੱਧ ਕਿਹਾ ਤਾਂ ਮੈਂ ਪੁੱਛ ਸਕਦਾ ਤੂੰ ਇੱਥਾ ਕਿਉਂ ਖੜਾ ਹੈ ਚੁੱਪ ਕਰ ਗਈ ਵੱਧ ਪੁੱਛਸ ਬਾਬਾ ਵੱਧ ਚੁੱਪ ਕਰ ਗਏ ਬਸ਼ੀਰ ਹੱਥਾਂ 'ਤੇ ਦਿੱਤਾ ਬੋਸਾ ਧੀਮੇ ਜੇ ਲੈ ਜਨਾਲਾ ਦੇ ਸ਼ਾਹਜ਼ਾਦਾ ਮੈਂ ਨਾ ਪਿਆ ਪੁੱਛਦਾ ਜਨਾਬ ਇੱਥਾ ਕਿਉਂ ਖੜੇ ਸਰ ਚਾਕਦਾ ਚਾਚਾ ਆਪਣਾ ਕੰਮ ਮਨ ਕਰ ਮੈਂ ਕੋਈ ਅੱਜ ਦਾ ਖੜਾ ਬਸ਼ੀਰ ਆਦੇ ਕਦਾਂ ਦਾ ਖੜੇ ਆਦੇ ਮੈਂ ਪੁੱਛੀ ਦੇ ਪੈਣ ਦੂ ਸਾਲਾਂ ਦਾ ਇੱਥੇ ਹੀ ਹੈ ਆਦੇ ਸੁਬੂ ਆਉਂਦਾ ਸ਼ਾਮ ਹੀ ਹਟ ਪੈਂਦਾ ਗਰਜ਼ ਕਿਹੜੀ ਹੈ ਆਦੇ ਸੱਜਣ ਦੀ ਇੰਤਜ਼ਾਰ ਬਸ਼ੀਰ ਆਦੇ ਸੱਜਣ ਦੀ ਇੰਤਜ਼ਾਰ ਘਰ ਬਹਿ ਕੇ ਵਨ ਕਰ ਆਦੇ ਬਿਮਾਰ ਦੇ ਭੈਣ ਨਹੀਂ ਬਹਾਨ ਲੈਂਦੇ ਬਸ਼ੀਰ ਆਦੇ ਛਾਂ ਤੇ ਵਨ ਖੜ ਧੁੱਪ ਤੇ ਕਿਉਂ ਖੜੇ ਆਦਾ ਚਾਚਾ ਮੈਂ ਛਾਂ ਤੇ ਵੰਜਾ ਵਫਾ ਨਹੀਂ ਰਹਿੰਦੀ ਜਿਹਦਾ ਨੌਕਰ ਆ ਸਾਰਾ ਦੀ ਧੁੱਪ ਤੇ ਸਾਂਭ ਕੇ ਰੋਂਦੀ ਏ ਬਸ਼ੀਰ ਆਦਾ ਕਹਿੰਦਾ ਨੌਕਰ ਆਦਾ ਚਾਚਾ ਅੱਖਾਂ ਬੰਦ ਕਰ ਬਸ਼ੀਰ ਅੱਖਾਂ ਬੰਦ ਕੀਤੀਆਂ ਆਦਾ ਜਾਣਦਾ ਹੋਵੇ ਤਾਂ ਅਕਬਰ ਦੀ ਭੈਣ ਦਾ ਮੈਂ ਨੌਕਰ ਆ ਵਾਹ 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 ਕਰਬਲਾ ਉਹਦੇ ਸੈਦਾ ਬਸ਼ੀਰ ਡਿੱਠੇ ਠੱਡਾ ਸਾਹ ਭਰ ਕਹਿੰਦੇ ਪੀਓ ਅਕਬਰ ਦਾ ਤੂੰ ਬਹੁ ਵੱਡਾ ਗਰੀਬ ਹੈ ਬਾਬਾ ਸ਼ਾਹਜ਼ਾਦੇ ਸੁਣੇ ਅਕਬਰ ਦਾ ਪੀਓ ਤੇ ਵੱਧ ਗਰੀਬ ਖੜਾ ਤਾਂ ਇਸੇ ਨਾਂ ਦੇ ਤਾਂ ਵਿੱਚ ਆਈ ਅੱਗੂ ਬਸ਼ੀਰ ਪਿੱਛੂ ਸ਼ਾਹਜ਼ਾਦਾ ਮਦੀਨਾ ਦੀ ਗਲੀ ਵਿੱਚ ਬਾਬਾ ਪਹਿਲਾ ਕਦਮ ਰੱਖਸ ਲੋਕਾਂ ਦੁਕਾਨਾਂ ਛੋੜ ਦਿੱਤੀ ਸਲਾਮ ਅਲੈਕਾ ਸਲਾਮ ਕੌਣ ਹੈ ਕਿੱਥੋਂ ਹੈ ਕਿਨ ਮਿਲਣਾ ਇੱਕ ਇੱਕ ਦੇ ਪਾਸੇ ਦੇਖ ਕੇ ਆਦੇ ਸ਼ਰਮ ਨਹੀਂ ਵੀ ਆਉਂਦੀ ਅਜਾ ਵਸਦੇ ਪਏ ਇਹ ਆਦਨ ਯਾਰ ਤੂੰ ਹੈ ਕੌਣ ਆਦੇ ਇੱਕ ਇੱਕ ਦੱਸਣ ਦਾ ਟਾਈਮ ਨਹੀਂ ਮੁਹੰਮਦ ਦੀ ਕਬਰ ਤੇ ਆਓ ਮੈਂ ਦੱਸਾਂ ਜੋ ਮੈਂ ਕੌਣ ਹਾਂ ਬਾਬਾ ਅੱਗੇ ਬਸ਼ੀਰੇ ਪਿੱਛੇ ਸ਼ਾਹਜ਼ਾਦੇ ਪਿੱਛੇ ਮਦੀਨੇ ਦੇ ਵਸਦਿਨ ਨਬੀ ਦੀ ਕਬਰ ਦੇ ਪਵਾਦੀ ਬਣ ਬੈਠੇ ਦਰਜਾਤ ਬੁਲੰਦੋ ਮੈਨੂੰ ਮੇਰੇ ਉਸਤਾਦ ਮੋਹਤਰਮ ਕਿਬਲਾ ਮੌਲਵੀ ਮੁਰੀਦ ਅੱਬਾਸ ਲਗਾ ਉਹ ਫਰਮੈਂਦੇ ਹਨ ਮੁਹੰਮਦ ਦੀ ਕਬਰ ਤੇ ਟੱਕਰ ਮਾਰੀਸ ਰੋ ਕਿਆ ਦੇ ਪਰਚਾਮਣੀ ਉਹ ਵੀ ਮੁਜਾਵਰ ਮਾਰਾ ਗਈ ਧੀਆਂ ਵੱਲ ਆਈਆਂ ਮੈਂ ਮੁਜਾਵਰ ਕੁਛ ਗਈ ਧੀਆਂ ਬਾਬਾ ਇਹ ਹੈ ਮੁਹੰਮਦ ਦਾ ਰੋਜ਼ਾ ਇਹ ਹੈ ਭਜਦਾ ਹੋਇਆ ਸ਼ਾਹਜ਼ਾਦਾ ਹਵੇਲੀ ਦਾਖਲ ਹੋਏ ਈ ਦੀਵਾਰ ਨਾਲ ਬੈਠੀ ਇਸ ਡਾਡੀ ਗੱਲ ਚ ਬਾਈ ਪਾ ਕੇ ਸਮਝਦੀ ਗਈ ਤੇ ਆਦਾ ਹਾਇਓ ਸਾਡੀ ਕਿਸਮਤ ਗਾਜ਼ੀ ਦੀ ਮਾਂ ਦੀ ਇਹਦਾ ਵਧਾ ਰੋਂਦੇ ਕਹਿ ਕੁਝ ਆਖਈ ਆਦੇ ਡਾਡੀ ਕਹਿ ਕੁਝ ਆਖਈ ਹੋਵੇ ਸਾਡਾ ਕੋਈ ਰਹਿ ਗਏ ਜਿਹੜਾ ਬਦਲਾ ਖਿੰਨੇ ਕਿਉਂ ਮੇਰੇ ਲਾਲ ਡਾਡੀ ਇੱਕ ਬੰਦਾ ਹੈ ਕਾਲਾ ਆਲਮ ਚਈ ਵੰਦਾ ਹੈ ਨਾਨੇ ਦੀ ਕਬਰ ਤੇ ਚੱਕਰ ਮਾਰ ਕੇ ਆਦੇ ਮੁਜਾਵਰ ਮਾਰਾ ਗਈ ਤੂੰ ਦੱਸਾ ਬਾਦਸ਼ਾਹ ਹੁਸੈਨ ਦੇ ਬਗੈਰ ਈ ਕਬਰ ਦਾ ਮੁਜਾਵਰ ਕੌਣ ਹੈ ਭਾਈਗਨ ਆਪਣੀ ਚਾਦਰ ਦੇ ਦਾਮਾ ਲਾਲ ਪੋਤਰੇ ਦੀ ਅੱਖੀ ਸਫਾ ਕਰਕੇ ਆਦੀਏ ਤੂੰ ਚੁੱਪ ਕਰ ਆਪੇ ਲੱਗ ਵੇ ਸਿਸ ਪੱਤਾ ਤੂੰ ਨਾ ਨਚਾ ਜਿਹੜੀ ਸਾਹਮਣੇ ਸੁੱਤੀ ਪਈ ਏ ਮਰਨ ਤੂੰ ਪਹਿਲੇ ਮਰ ਵੈਸ ਤੈਨੂੰ ਵਹਿਲ ਸਮਝ ਕੇ ਜੁਮਲਾ ਵੀ ਅਪੜਨ ਬਹੁ ਜਲਦੀ ਬਾਬਾ ਮਦੀਨੇ ਦੇ ਖਬਰ ਫੈਲ ਗਈ ਸਰਦਾਰ ਵੱਲ ਆਦਿਨ ਅੱਠ ਨੌ ਦਸ ਸਾਲ ਦੇ ਬੱਚੇ ਭਜਦੇ ਹੋਏ ਨਬੀ ਦੀ ਕਬਰ ਦੇ ਪਾਸੇ ਨਾਲ ਆ ਖੜੇ ਇੱਕ ਬੈਕ ਵਾਦਨ ਜਿਹੜਾ ਸਾਹਮਣੇ ਬੈਠਾ ਇਲਾ ਉਹਨੇ ਸਿੱਕੀ ਤੇ ਇੱਕ ਬੱਚੇ ਜੁਰਤ ਕੀਤੀ ਅੱਖਾਂ ਵੱਧਾ ਚਾਚਾ ਸਲਾਮ ਬਸ਼ੀਰ ਆਦਾ ਮੈਡਾ ਸਲਾਮ ਚਾਚਾ ਇਲਾਨ ਤੈਂ ਕੀਤਾ ਸਰਦਾਰ ਵੱਲ ਬਸ਼ੀਰ ਆਦਾ ਮੈਂ ਕੀਤਾ ਬੱਚਾ ਕੰਬਦੇ ਹੱਥ ਬਣ ਕੇ ਦਾ ਚਾਚਾ ਸੱਚ ਦੱਸੇ ਅਲਮਾ ਵਾਲਾ ਪੀਰ ਸਾਡਾ ਵੱਲ ਹੈ ਵਾਹ 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 ਜੀ ਹਾਂ ਬਾਬਾ ਬਸ਼ੀਰ ਚੁੱਪ ਕਰ ਗਏ ਜਵਾਨ ਆਖੜਨ ਸਲਾਮ ਅਲੈਕਾ ਸਲਾਮ ਭਾਈਜਾਨ ਇਲਾਨ ਤੈਂ ਕੀਤੇ ਬਸ਼ੀਰ ਆਦੇ ਮੈਂ ਕੀਤੇ ਅੱਧ ਦੱਸ ਅਲੀ ਦਾ ਸ਼ੇਰ ਪੁੱਤਰ ਅੱਬਾਸ ਵੱਲੇ
बाबा चुप कर गए। एक बुजुर्ग आ खड़े, सलाम अलैका सलाम। बेटा ऐलान तैं कीता है बशीर, आदे मैं कीता है। आदे दस उमुल बनीन दा चन वाला है, तेरी मर्जी जीवे सोन। बशीर दे सबर दे बन टुट गए। उठी क्या दे बुजुर्ग आ बच्चे पुछदन ता अब्बास दा, जवान पुछदन ता गाजी दा, तू पुछ दे ता हुसैन दे अलमदार दा, बिया कहे हाशमी दा नीवे पुछ दे बच्चा के है। गाली च बई पा के दे बेटा ही वास्ते पाए पुछदे हैं, गाजी वाला है तो सारे वाला है। शागर देश बादशाह को मुकान दे वाले लोग आओ, एडा लोग को गाँव आई अब्बास दे भाई। भेड़ी को कितना होशी सदके थी वो, हर कोई शैतानी मिलनी वास्ते टुर पिया। मेरे बाद मेरा छोटा भिरा भी है, अजीज भी है, बहुत बड़ा जाकिर मुल्क दा सैफ अली खोखर, उन्हें पढ़ने मैं एक जुमला भी अर्ज कर रहा। हर कोई शैतानी मिलनी वास्ते मैं आखिर टुर पिया। मस्तूरात दा एक टोला महल्ले बनी हाशम च गुजरा, एक बाई को बैठी उठाई बैठी, एक बाई को दिन को जगह ही जुलू जेको मुद्दा दिता आवन तो बाबा क्या दिठा ने जिथा पेरे ला के लेगी आई ना अखबार उठाई सुती पई है। भाई जन कंधा को सुन तो वैन पिया दाई भेन मरण आली आई। हाय हुण तो वाला होया बाबा, एक बीबी अखा वी जा बाबा वाल आई, धीरे ने परदे होनी भाई नहीं जागी। भैया दी ये सुना से चाचा गाजी वाले आदर नहीं जागी। त्रीजी आदि हटो मैं जगावा तलिया ते बोसा दे के आदि जाग ना जाग तेरी मर्जी, सुनाई में हिस्से आदि अकबर वाला है। एदा प्यार है इस फिराओ ना लखी बंदिन बई वधा के आदि किथा है मेरा अकबर। बीबी मदीने दे बाहर आ दिए तुसा वनो मैं अजा ना वेंदी। बीबी तुसा क्यों नहीं वेंदे आ दिए जेड़े दा बाबा टुरे मैं जंदरे नहीं लहाए, जंदरे खुले सा वेड़ा साफ करे सा। बाबे दी कुर्सी फुफी दी मसलत अकबर दी बनली दी सेज अली असगर दा पिंघा दे सा। अम्मा चाह के थकी आंदी उसी भाई सफदर खान अल्लाह गवाह ए लफ्जी मेरे उस्ताद दे दर्जात बुलंद थी वैसन वा दाई आठ दफा पींघा दस डोरियां त्रुट पौंदी हन। सहेलियां दे गल बई पा के दी दुआ मंगो शाला मेरे असगर दो खैर होवे। जवानी होई मेरा चन बचला जी बोला था मैं बिस्मिल्लाह कर, मैं बिस्मिल्लाह करा, मैं बिस्मिल्लाह। गाजी दी अम्मा नाल जनाबे उम्मे सलमा हर में रसूल नाल, सहेलियां दे बाबा दईयां नाल, सहेलियां दे नाल टुरदी आंदी है आधी आंदी है मेरे घर ना वे आंदी है जो भेरावा मोइए। जिंदगी उन्हें मेरे भेरा वालैन तुसाई वे मेरिया सहेलियां, चार रिश्तेदारों को मैं कोई नहीं मिलना। मेरिया इन्होंने नाल हुज दियां गल्लां तुसा सिफारिश न करे। गाजी दी माँ सुन दी आदी आदि मेरी धी कैकू कैकू ने मिल से आदि दादी सब तू पहले तेरे पुत्र अब्बास को अल्लाह गवाह है। हाँ ना ला क्या दिया सदा तुआरे नौकर है। आदि दादी मेरा ना लिखे बाबा घिन बनया दूठा कैकू ने मिल से आदि जमनी बुरका चाहिए नहीं जिता वीर दी बनवी बैठी हो सी उन्हें सर पे तक करे सा। सामने वाली अकबर खड़ा हो सी नवे सा कांडाले पासु बन के भेरा दा दामन नप के अक्सर मुबारक को भी शादी थी गई है। चलो मैं कुदा नाल नावे घिन गया पल्लू तो बच गई है। बिस्मिल्लाह करा बाबा बिस्मिल्लाह करा बिस्मिल्लाह करा बाबा। त्रीठा कह को न मिल से आदि वह नहीं अपी आए पहली असगर टुरदा हो सी सोनिया सोनिया मेरा वीर गल्ला करेंदा हो सी
ਐਡਾ ਵੀ ਅੰਮਾ ਅੰਮਾ ਉਹ ਦੱਸੇਂਦੀ ਨਾ ਉਹ ਸੀ ਇੱਕ ਤੇਰੀ ਭੈਣ ਆਈ ਜਿਹੜੀ ਸਾਰਾ ਸਾਰਾ ਦੀ ਤੇ ਕੁਛ ਚਾਈ ਲਾਉਂਦੀ ਆਈ ਲੋਰੀਆਂ ਸੁਣੇਂਦੀ ਆਈ ਜੇ ਕੋ ਆਖਰੀ ਟਾਈਮ ਅਕਬਰ ਉੱਠ ਤੋ ਲਹਾਇਆ ਹਾ ਮੇਰੇ ਪਾਸੇ ਇਸ ਗੱਲ ਤੁਰਸੀ ਮੈਂ ਵਿਗਰੀਆਂ ਜ਼ੁਲਫਾਂ ਚਮਕਿਆ ਸਾ ਤੇਰੀ ਮਾਂ ਨਾਲ ਹੀ ਨਾ ਲੈ ਬਿਸਮਿਲਾ ਕਰਾਂ ਭਾਈ ਚੌਥਾ ਕਹਿ ਕੋ ਨਾ ਮਿਲ ਸੇ ਦਾਦੀ ਵਹਿਮੀ ਪਿਆ ਉਸੇ ਬਾਬਾ ਕੁਰਸੀ ਤੇ ਸਜੇ ਖੜਾ ਉਸੀ ਚਾਚਾ ਗਾਜ਼ੀ ਖਬੇ ਉਸੀ ਅਲੀ ਅਕਬਰ ਸਾਹਮਣੇ ਵਾਲੀ ਕੁਰਸੀ ਦੇ ਅਲੀ ਜ਼ੈਨੁਲ ਆਬਦੀਨ ਉਹਨਾਂ ਦੀ ਝੋਲੀ ਵਿੱਚ ਹੋਸੀ ਮੁਹੰਮਦ ਬਾਖਿਰ ਬਾਬੇ ਦੀ ਪੋਸੀ ਮੇਲੇ ਤੇ ਦੀਦ ਦੂ ਸਾਲ ਠੀਕ ਹੈ ਬਾਬੇ ਮੈਂ ਕੋ ਡਿੱਠਾ ਕੋਈ ਨਹੀਂ ਪਿਆਰ ਬੜਾ ਕਰੇਂਦਾ ਆਈ ਮੈਂ ਕੋ ਆਖਸੀ ਫੁੱਫੀਆਂ ਕੋ ਵੱਤ ਮਿਲੇ ਹੋ ਰਿਹਾ ਪਹਿਲੇ ਮੈਨ ਮਿਲ ਫਿਰ ਅੱਜ ਮੈਂ ਉੱਥੀ ਸਾਂ ਬਾਬਾ ਆਖਸੀ ਝੋਲੀ ਚ ਬਾਏ ਮੈਂ ਆਖਸਾ ਉਹਨਾਂ ਕੋ ਬਲਹਾ ਦੇਣਾ ਕੋ ਨਾਲ ਘਿਨ ਯਾਰ ਮੈਂ ਜ਼ਿਆਦਾ ਪੜ ਗਿਆ ਅਹਿਸਾਸ ਹੈ ਮੈਂ ਕੋ ਪੰਜ ਲਫ਼ਜ਼ ਤੇ ਹੀ ਕਵੈਣ ਭਾਈ ਇਹਨੂੰ ਵੇਲ ਤੁਰੀ ਸੈਦਾਂ ਉਹਨੂੰ ਫਿਰਾ ਤਲੀ ਟੇਕ ਕੇ ਉੱਠੇ ਫੁੱਫੀ ਅੰਮਾ ਜੀ ਆਖੀ ਫੁੱਫੀ ਅੰਮਾ ਹੇ ਇਜਾਜ਼ਤ ਕਿਨੂੰ ਇਹਨੇ ਖੈਮੇ ਦੇ ਬੂਹੇ ਤੇ ਕਿਉਂ ਗਰੀਬ ਆ ਤੇ ਭੈਣ ਆ ਗਈ ਏ ਭੈਣ ਦਾ ਇਸਤਕਬਾਲ ਕਰੇਂਦਾ ਬੀਬੀ ਆਦੀ ਵੰਝ ਹੁੰਦਾ ਹੇ ਜੋ ਸਹੀ ਅੱਜ ਮੇਰਾ ਗਾਜ਼ੀ ਹੋਵੇ ਆ ਮੇਰਾ ਇਸਤਕਬਾਲ ਕਰੇ ਆ ਵਾਹ 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 ਬਿਸਮਿਲਾ ਕਰਾਂ ਬਾਬਾ ਬਿਸਮਿਲਾ ਸੱਤ ਕਦਮਾਂ ਦਾ ਫਾਸਲਾ ਹੈ ਸਾਰੀਆਂ ਗੱਲਾਂ ਛੋੜਾਂ ਦਈਆ ਦੀ ਸੈਣ ਦੋ ਮਿੰਟ ਰੁਕੋ ਕੋਈ ਮੁਸਾਫਿਰ ਬੈਠੇ ਮੈਂ ਉੱਠਾ ਹੀ ਆਵਾਂ ਬੀਬੀ ਆਦੀ ਹੈ ਜਿਨਕ ਨਾ ਦੇਵੇਂ ਦਈ ਸਾਹਮਣੇ ਮੁਸਾਫਿਰ ਸਲਾਮ ਬੀਬੀ ਮਹਿਲਾ ਸਲਾਮ ਅੱਖੀ ਚੋਂ ਰਾਤ ਡਿੱਠੀ ਕਿੱਥਾ ਰੋਣਾ ਹੈ ਗਰੀਬ ਆ ਦੋ ਸ਼ਾਮ ਸਜਣ ਗੁਹਾਈ ਵਧਾ ਗਰੀਬ ਆ ਦੇ ਕੋਈ ਹੀ ਗੁਹਾਈ ਵਧਾ ਮੇਰਾ ਤਾਂ ਬੱਚਾ ਕੁਝ ਨਹੀਂ ਹਾਏ ਜਾ ਛੁੜੇਂਦਾ ਹੈ ਗਰੀਬ ਆ ਦੇ ਅੱਲਾਹ ਦੀ ਜ਼ਮੀਨ ਤੇ ਬੈਠਾ ਕਿਉਂ ਉੱਠੇ ਸਾਰੀ ਮੁਰਸ਼ਜ਼ਾਦੀ ਆ ਗਈ ਹੈ ਬਹੁ ਵੱਡੀ ਪਰਦਾ ਦਾ ਔਰੇ ਗਰੀਬ ਆ ਦੇ ਪਰਦੇ ਕੋ ਮੈਂ ਰੱਤ ਵਧਾ ਰੋਂਦਾ ਸਜਣਾ ਦੀ ਮੌਤ ਦਾ ਮੁੱਖੋ ਆਇਆ ਉੱਠੀ ਨਾ ਸੰਗਦਾ ਵਾਲਾਂ ਦਾ ਪਰਦਾ ਬਣੇ ਨਾ ਬੀਬੀ ਕੁਆ ਗੁਜ਼ਰ ਕਰ ਵਨ ਮੁਸਾਫਿਰ ਉਹ ਪਈ ਆਉਂਦੀ ਹੈ ਜਾਂਦੀ ਡਾਡੀ ਦਾ ਜਨਾਜ਼ਾ ਹੀ ਰਾਤੀ ਚਵੇ ਗਰੀਬ ਆ ਜਿਹੜਾ ਮੈਂ ਵਸਦਾ ਹਾਂ ਮੇਰੀ ਡਾਡੀ ਦਾ ਜਨਾਜ਼ਾ ਹੀ ਰਾਤੀ ਚਵਾ ਬਾਬਾ ਵਾਲਾ ਹੀ ਬੀਬੀ ਅਜੀਬ ਮੁਸਾਫਿਰ ਅੱਖੀ ਚ ਖੂਨ ਤੁਸੀਂ ਚੁੱਪ ਕਰ ਗਏ ਹੋ ਮੇਰੀ ਸੈਣ ਦੇ ਦੋਵੇਂ ਹੱਥ ਇੱਥਾਂ ਹੀ ਆ ਦਈ ਅੰਮਾ ਅੱਖੀ ਚ ਖੂਨ ਵਜ੍ਹਾ ਗੈਰਤ ਦਾ ਮਰੀਜ਼ ਹੀ ਆਦੇ 90,000 ਬੇਹਯਾ ਉਹਦੇ ਮਜਮੇ ਚ ਬਗੈਰ ਬੁਰਕੇ ਦੇ ਮੈਂ ਮਾਂ ਟੁਰਦੀ ਦਿੱਠੀ ਏ ਮੇਰਾ ਜਿਗਰ ਫਿਸਕੀ ਏ ਵਾਹ 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 ਆਦੀ ਦਈ ਅੰਮਾ ਦੁਆ ਮੰਗ ਸ਼ਲ ਸਜਾਦ ਨਾ ਹੋਵੇ ਕਿਵੇਂ ਪਤਾ ਲੱਗੀ ਆਦੀ ਮਿਜ਼ਾਜ ਮੇਰੇ ਭਰਾ ਨਾਲ ਰਲਦਸ ਅੱਜ ਨਾ ਬੀਬੀ ਅੱਲਾ ਮਾਨ ਕਰ ਤੇਰੇ ਜਵਾਨ ਨੇ ਬੁੱਢੜੇ ਆਦੀ ਕੋ ਤਕਲੀਫ ਨਾ ਦੇਉ ਅਸਾਂ ਪਰਲੇ ਪਾਸੋਂ ਵੱਲ ਪਰਲੇ ਪਾਸੋਂ ਭੈਣ ਭਰਾ ਚਾਇਆ ਸਰ ਭੈਣ ਦੀ ਟੋਰ ਸੁਣਾਤੀ ਭਾਵੇਂ ਜਿਹੜਾ ਸਾਹਿਬ ਰਾਈ ਤਲੀਆਂ ਮਿੱਠੀ ਤੇ ਆ ਲੱਗੀਆਂ ਕਰਬਲਾ ਦੇ ਪਾਸੇ ਰਿੱਠਾ ਸਬਤ ਭੈਣ ਦੇ ਪਾਸੇ ਦੇਖਿਆ ਤੇ ਆਰਾਮ ਨਾਲ ਟੋਰ ਕੋਈ ਨਹੀਂ ਆਇਆ ਬਾਬਾ ਅੰਦਰ ਆਈ ਸਾਰੇ ਪਰਦਾ ਦਾਰ ਤਾਜ਼ੀਮਾਂ ਉੱਠੇ ਮੁਸਾਫਰ ਹੈ ਸ਼ਾਮ ਕੋਸ਼ਿਸ਼ ਕੀਤੀ ਉੱਠੀ ਨਾ ਸਕੇ ਪਰੇ ਕੋਲ ਹੱਥ ਬਣ ਕੇ ਦੀ ਬੀਬੀ ਤੁਸਾਂ ਨਾ ਉੱਠੀ ਜੋ ਤੁਹਾਡੇ ਤੇ ਤਾਜ਼ੀਮਾਂ ਮਾਫੀ ਮੁਸਾਫਰ ਹੈ ਸ਼ਾਮ ਅਦਨ ਜਾਏਲੇ ਸਾਹਮਣੇ ਆਵੇ ਉੱਠਣਾ ਪਾਉਂਦਾ ਦਈ ਦਾ ਦਾਮਨ ਨੱਪੇ ਆਦੀ ਦੁਆ ਮੰਗੀ ਆ ਬੀਬੀ ਫੁੱਫੀ ਆਲੀ ਆ ਨਾ ਹੋਵੇ ਕਿਵੇਂ ਪਤਾ ਲੱਗੀ ਆਦੀ ਵਸਦੇ ਜ਼ਮਾਨੇ ਸਾਹਮਣੇ ਮੰਨਾ ਉੱਠੀ ਖੜਦੀ ਆਈ ਮੈਂ ਆਦੀ ਆਮੀ ਮੇਰੇ ਕਿਤੇ ਨਾ ਉੱਠੀ ਘਰ ਆਦੀ ਕਿਵੇਂ ਨਾ ਉੱਠੀ ਜਾ ਤੂੰ ਜੋ ਮੇਰੀ ਮਾਂ ਦੀਆਂ ਸ਼ਕਲਾਂ ਆਲੀ ਥੀ ਏ ਯਾਰ ਬੜੇ ਸੋਹਣੇ ਆਸੂ ਆ ਗਏ ਮੇਰੇ ਹਿੱਸੇ ਦੇ ਬਾਬਾ
ਇੱਕ ਇੱਕ ਬੀਬੀ ਦੇ ਪਾਸੇ ਦੇਖ ਕੇ ਦੀਏ ਤੁਹਾਡੇ ਚੋਂ ਵੱਡੀ ਬੀਬੀ ਕੌਣ ਨੇ, ਸਾਡਾ ਉਰੇ ਕਾਫਲਾ ਕੌਣ ਨੇ, ਸਰਦਾ ਉਰੇ ਕਾਫਲਾ ਕੌਣ ਨੇ। ਹਰ ਕਾ ਇਸ਼ਾਰਾ ਕੀਤਾ ਮੁਸਾਫਰ ਹੈ ਸ਼ਾਮ ਦੋ ਫੁੱਫੀ ਦੇ ਸਾਹਮਣੇ ਸਦੋਂ ਹੀ ਵੀ ਆ ਬੈਠੀ ਜਿਵੇਂ ਕਾਰੀ ਕੁਰਾਨ ਦੇ ਸਾਹਮਣੇ ਬੰਦ, ਇਵੇਂ ਫੁੱਫੀ ਦੇ ਪਾਸੇ ਦੇਖ ਕੇ ਦੀ ਸੱਚੇ ਸਰਦਾਰ ਤੁਸੋਂ ਤਹਜੋ ਤਲੇ ਲਫ਼ ਜ਼ਿਆਦਾ ਵਨੀ ਤਾਂ ਦੁਆ ਸੈਦ ਕੋ ਕਰ ਛੋੜੇ ਐ ਬੀਬੀ ਆਦੀ ਨਾ ਹੀ ਦੀਦੀ ਗਿਰ ਤੱਕ ਮੈਂ ਹਮ ਜੇ ਤਈ ਗਾਜ਼ੀ ਸੀ ਨੀ ਚਾਈ ਮੈਂ ਸਰਦਾਰ ਹੈ ਜੈਲੇ ਦਾ ਲੱਥ ਹੈ ਮੈਂ ਕਹਿ ਦੇਣ ਹੁੱਲ ਗਈਆਂ ਵਾਹ 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 ਬਾਬਾ ਥੋੜ੍ਹਾ ਜਿਹਾ ਮੈਂ ਖੋਲ ਮੈਂ ਥੋੜ੍ਹੀ ਜਿਹੀ ਨਸਰ ਕਰਾਂ ਤੇਰੇ ਬੱਚੜੇ ਜੀਵਨ ਅੱਲਾ ਭਾਵੇਂ ਬਾਨੀ ਵਸਦੇ ਰਹਿਣ ਸੁਣਨ ਵਾਲੇ ਸਾਰੇ ਵਸਦੇ ਰਹੋ ਜੋ ਬਰਾਤ ਬੈਠੇ ਹੋ ਮਾਲਿਕ ਬਛੜੇ ਦੇਵ ਨੇ ਜੋ ਤੰਗ ਦਸਤੀ ਵੀ ਅੱਲਾ ਵਸੀ ਤਰ ਰਿਸਕੇ ਹਲਾਲ ਦੇਵੇ ਜੋ ਬਿਮਾਰੀ ਵੀ ਮਾਲਿਕ ਸਿਹਤ ਦੇਵੇ ਮੋਮਿਨ ਕਹਿ ਦਿਨ ਮਾਲਿਕ ਕਹਿ ਤੂੰ ਰਿਹਾਈਆਂ ਦੇਵੇ ਜੋ ਮੋਮਿਨ ਅਰਬਾਈਨ ਤੇ ਗਏ ਹੋਏ ਨੂੰ ਬੁਲਦੇ ਪੈਣ ਅੱਲਾ ਭਾਵੇਂ ਖੈਰ ਨਾਲ ਬੁਲੇ ਜਿੱਥਾਂ ਜਿੱਥਾਂ ਕੋਈ ਮੋਮਿਨ ਮੁਸਾਫਿਰ ਹੈ ਮਾਲਿਕ ਸਫ਼ਰ ਬੇਖਤਰ ਫਰਮਾਵੇ ਜਵਾਬ ਦੇਸੋ ਬੀਬੀ ਆਦੀ ਮੇਰੀ ਧੀ ਸੱਚ ਪੁੱਛੇ ਤਾਂ ਆਈ ਤਾਂ ਤੇਰੇ ਨਾਲ ਗੱਲਾਂ ਕਰਾਂ ਮੈਂ ਤਾਂ ਗਨਾਈ ਵੱਲ ਵਜਣਾ ਦੂ ਦੀਆਂ ਦੂ ਗੱਲਾਂ ਤੇ ਆਪਣੇ ਪਿਆਰੇ ਅਜ਼ੀਜ਼ ਕੋ ਮੈਂਬਰ ਨੂੰ ਉਹ ਮੈਂ ਸਦਕੇ ਥੀ ਪਾਉਂ ਹਾਏ 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 ਵਾਹ 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 ਅਕਲ ਮਾਰ ਕੇ ਆਦੀ ਬੀਬੀ ਸੈਨ ਕੋ ਜਵਾਬ ਦਿੱਤਾ ਅਕਬਰ ਦੀ ਭੈਣ ਬਾਬਾ ਨਹੀਂ ਸੁਣਾ ਆਦੀਏ ਬੀਬੀ ਤੂੰ ਹੀ ਅਮੀਰ ਖਾਨਦਾਨ ਨਾਲ ਤਾਲੁਕ ਰੱਖਦੀ ਉਸ ਮੇਰਾ ਮੈਲਾ ਚੋਲਾ ਨਾ ਦੇਖ ਮੇਰਾ ਮੈਲਾ ਬੁਰਗਾ ਨਾ ਦੇਖ ਮੈਂ ਬਾਦਸ਼ਾਹ ਹੁਸੈਨ ਦੀ ਧੀਆ ਮੁਲਤਾਨ ਨਾਲ ਜਦਾ ਹੁਸੈਨ ਦਾ ਨਾਮ ਹੈ ਬੀਬੀ ਤਲੀਆਂ ਟੇਕ ਕੇ ਬਾਬਾ ਉੱਠੀਏ ਧੀ ਦੇ ਗੱਲ ਬਈ ਪਾ ਗਿਆ ਦੀ ਵੱਤ ਦੱਸਾਂ ਕਹਿੰਦੀ ਧੀ ਬਾਦਸ਼ਾਹ ਹੁਸੈਨ ਜਿਹੜੇ ਸੈਦ ਬੈਠੇ ਦਾ ਸੋਹਣਾ ਨਾਮ ਆ ਤੇਰਾਂ ਦਫ਼ਾ ਪੁੱਛਸ ਜਵਾਬ ਮਿਲਦਾ ਈ ਬਾਦਸ਼ਾਹ ਹੁਸੈਨ ਬੀਬੀ ਆਦੀ ਮੈਂ ਦੱਸੇਂਦੀ ਬੈਠੀਆਂ ਸ਼ਾਮ ਅਕਬਰ ਦੀ ਭੈਣ ਆਦੀ ਕਿਉਂ ਗਈਆਂ ਵੇ ਬੀਬੀ ਆਦੀ ਜ਼ੇਵਰ ਪਾ ਕੇ ਹਾਏ ਅਕਬਰ ਦੀ ਭੈਣ ਆਦੀ ਤੁਹਾਡਾ ਜੁਰਮ ਬੀਬੀ ਆਦੀ ਬੇਜੁਰਮ ਆਦੀ ਰਿਸ਼ਤੇਦਾਰ ਕੋਈ ਨਾ ਨੀ ਬੀਬੀ ਆਦੀ ਢੇਰ ਆਏ ਕਰਬਲਾ ਪੁੱਛ ਸਕਦੀਆਂ ਤੇਰਾ ਕੌਣ ਮਾਰਾ ਆਦੀ ਮੋਇਆ ਕੁਮਾਰਾ ਨਹੀਂ ਕਹਿੰਦਾ ਕਹਿੰਦਾ ਦੱਸਾਂ ਮੇਰੇ ਬਛੜੇ ਮਾਰੇ ਭਤੀਜੇ ਮਾਰੇ ਭਾਂਜੇ ਮਾਰੇ ਮਹਿਮਾਨ ਮਾਰੇ ਨਾਦਾਨ ਮਾਰੇ ਜਵਾਨ ਮਾਰੇ ਮੇਰੇ ਭਰਾ ਐਸੇ ਦਾਉਂ ਜਿਹੜਾ ਭਰਾਵਾਂ ਦਾ ਨਾਮ ਹੈ ਹੁਸੈਨ ਭੇੜੀ ਦੀ ਔਖੇ ਸੌਖੇ ਨਿਭਵੈਂਦੀ ਰਹਿੰਦੀ ਹੈ ਤੇਰਾ ਚਾਲੀ ਘਰ ਦਾ ਦਰ ਬੰਦ ਹੋ ਗਏ ਤੂੰ ਹੀ ਤਾਂ ਜੀਂਦੀ ਵਧੀ ਹੈ ਆਦੀ ਬੀਬੀ ਚਾਗ ਤੇ ਜੀਂਦੀ ਵਧੀ
پھر گیا دیا جبیر بلو دیا اللہ بھائی بستے رہو بابا جی بھائی جی بابا اٹھائی جتھا چاچی بیٹھی ہے سیدو چاچی اندھیر ان کرو سوال کیڑی چاچی فضل دی ماں علما اولاد پاک حرم سامنے آئی بی بی میرا سلام تیرا کون مارا دھی ماس کی کربلا دے پاسے منہ کر کے دی دعا مانگ شلا علی اصغر دے ماش کی دو خیر واہ 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 آخری جملوں پاس ٹری جتھا ماں بیٹھی ہے دھپا تے بہن والی بھائی جی نو دھی ٹری ماں تلیاں ٹیک اٹھی ہے کربلا دے پاسے لے کے دی اسور بھیڑ آ گئی آئی سامنے ای بی بی میرا سلام تیرا کون مارا بی بی آدھی بچہ کھڑ نہیں میرا بخت گیا میرا تخت گیا میرے بچڑے نو ہکے دیے ترائے دفعہ کٹھا نے میں دہ دی رہی ہاں میری دھید دور لہائے نے میں شام دیا قیدا نبھائی آن دیا واہ 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 یار میں ساری گلاں چھوڑ دے وہاں بچہ میرا دیکھ آدھی بی بی اسمو وڈے مہمان نواز میں تے کو گھر گھن ونجا ہاں میری مجبوری ہے میرا بابا سفر عراق دا ٹر گیا ہائے دو سال تھی گئے کوئی خیر دی خبر نہیں آئی منگو دعا مینو بابا ملے منگو دعا مینو چاچا غازی ملے منگو دعا میں کو بھینی بھرا مل پوے نا جڑا کدا نہیں رونا ہن میرا ریک وتا دھیے دادی وال جلوے ساڈیاں کوٹھ نہیں لگدیا واہ 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 میڈیاں کچھ لگے نا مینو گھر لاوے نا اکبر دے حال دے وینا اے تا کوئی رات بھریاں بی بی ہیں ہر گل دا جواب راز وچ رہندی ہے سیدہ اللہ کا بھائی اکبر دی بھین روندی ہوئی وال پئی پانچ سال دا سن نے میرے پنویں امام دا ڈاڈی آلیا دی جھولی چ بہ کے سارا رنگ دہ دری ہے جائیں لے پپی نو ولدا دیتا سی نویاں قدمہ تلا کے تھے ڈاڈی روندی ہوئی ولی ویندی ہے واہ 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 دی سونا بچڑا بیٹھا کیوں ہے ون پھپھی کو گھنا جڑا زندگی چ نہیں رنا میرا دیکھے اوے جڑے سید بیٹھی او با کریم ما کے پھپھی دے پر کے جو بابا ہاتھ پائے میں ادھر من کربلا ہی نہ کوفہ ہا نہ شام ہی ہے مدینہ ہاتھ اکبر دی بھین دا دمنا بی بی ادے کون نے پر کے کو اتنا والا سنیاں میں غازی دی پھتریاں اکل میں ہار کیا دے جھن کا نہ دے میں ڈو دیکھ میں پاکر آدھی ہے جیڑا پاکر یا دے تیرے پھرا سجا دا پترا بی بی آدھی ہے بابا جان گئی یا دے تیرے رہا در رات و در رون دایا آدھی اجڑ گئی ہے بھاوے پھرا تو پردہ کرا